ਡੈਡੀ ਘਰ ਨਾ ਹੋਣ ਉਦੋਂ ਦੱਸਿਓ ਸਾਨੂੰ। ਹਾਂਜੀ ਮੈਂ ਕਿਹਾ ਤੇ ਹੈਗਾ ਹੀ, ਹੁਣ ਇਹ ਆ ਵੀ ਡੈਡੀ ਗਏ ਤੇ ਹੈਗੇ ਹੀ ਆ ਘਰੋਂ ਬਾਹਰ। ਅੱਛਾ, ਹੋ ਸਕਦਾ ਕੰਮ ਥੋੜਾ ਹੋਵੇ ਜਾਂ ਬਹੁਤਾ ਹੋਵੇ, ਅਸੀਂ ਆਪਣੀ ਗੱਲ ਛੇਤੀ ਨੂੰ ਬੈਠ ਲਾਂ, ਆਪਾਂ ਗੱਲ ਕਰਕੇ ਨਾ ਛੇਤੀ ਤੇ ਚੱਲੀਏ ਵਾਪਸ, ਮੁੜ ਕੇ ਇਹ ਨਾ ਹੋਵੇ ਵੀ ਡੈਡੀ ਆਉਣ ਤੇ ਫਿਰ ਕੋਈ ਗੱਲ ਵਾਜੇ। ਉਹ ਤਾਂ ਇੰਨਾ ਕੋਈ ਤੁਹਾਡਾ ਵਾਪਰ ਗਿਆ ਤੇ ਤੁਸੀਂ ਕਿਤੇ ਇੱਕ ਵਾਰ ਦੱਸਿਆ। ਮੰਮੀ ਜੀ ਦੱਸਣਾ ਦੱਸਣਾ ਕੀ, ਤੁਹਾਨੂੰ ਪਤਾ ਤੇ ਹੈਗਾ ਵਾ ਕਿ ਪਹਿਲਾਂ ਕਿੰਨੀਆਂ ਗੱਲਾਂ ਹੋਈਆਂ ਵਾ। ਡੈਡੀ ਅਜੇ ਘਰ ਨਹੀਂ ਹੈਗੇ, ਮੰਮੀ ਨੂੰ ਕਹੇ ਵੀ ਚਾਹ ਪਾਣੀ ਦੀ ਖੇਚਲ ਨਾ ਕਰਿਓ ਤੇ ਤੁਸੀਂ ਜਿਹੜੀ ਗੱਲ ਕਰਨੀ ਹੈ ਨਾ ਉਹਨਾਂ ਨਾਲ, ਕਿਉਂ ਹੁਣ ਮੈਂ ਚੱਲ ਜਾਣਾ ਚੰਡੀਗੜ੍ਹ ਜੇ ਤੁਹਾਨੂੰ ਮਗਰੋਂ ਲੋੜ ਪਈ, ਮੰਮੀ ਨੂੰ ਤਾਂ ਸੱਦ ਲਓਗੇ ਆਪਣੇ ਕੋਲ। ਡੈਡ ਜੀ ਨੂੰ ਮਨਾ ਲਿਓ ਹਾਂ ਕਿ ਜੇ ਮੈਨੂੰ ਇੱਥੇ ਰਹਿਣਾ ਪਿਆ ਫਿਰ ਤੁਹਾਨੂੰ ਕੋਈ ਤੰਗੀ ਤਾਂ ਨਹੀਂ। ਨਾ ਪੁੱਤ ਤੂੰ ਕਿੱਦਾਂ ਦੀ ਗੱਲਾਂ ਕਰਨ ਡਈ ਆ, ਧੀਆਂ ਪੁੱਤਾਂ ਦੀ ਸੌਂ ਖੁਸ਼ੀ ਹੁੰਦੀ ਹੈ, ਘਰ ਚੱਲ ਆ ਗਈ ਹੈ ਤੂੰ ਵੀ, ਉਹ ਵੀ ਕੰਮ ਦੇ ਕਦੇ ਆਰੇ ਲੱਗੂਗਾ ਤੇ ਤੰਗੀ ਵਾਲੀ ਕਿਹੜੀ ਗੱਲ ਆ, ਤੂੰ ਕਿਸੇ ਗੱਲ ਦਾ ਫਿਕਰ ਨਾ ਕਰ। ਮੰਮੀ ਜੀ ਖੁਸ਼ੀ ਖੁਸ਼ੀ ਆਉਂਦੇ ਨਾ ਫਿਰ ਹੋਰ ਗੱਲ ਸੀ।